ਮਲੋਟ ਦੀ ਦਾਣਾ ਮੰਡੀ ਵਿਖੇ ਸਥਿਤ ਕਾਰ ਬਾਜ਼ਾਰ ਵਿੱਚ ਕਾਰ ਦੇ ਸੌਦੇ ਨੂੰ ਲੈ ਕੇ ਹੋਏ ਝਗੜੇ ਇੱਕ ਵਿਅਕਤੀ ਵੱਲੋਂ ਦੂਜੇ 'ਤੇ ਫਾਇਰ ਕਰ ਦਿੱਤਾ, ਜਦਕਿ ਉਸਦੇ ਪਾਸੇ ਹਟਣ ਕਰਕੇ ਜਾਨ ਮਾਲ ਦੇ ਨੁਕਸਾਨ ਤੋਂ ਬਚਾ ਰਿਹਾ। ਮਨਦੀਪ ਸਿੰਘ ਨੇ ਦੱਸਿਆ ਕਿ ਉਹ ਕਾਰ ਬਾਜ਼ਾਰ ਵਿੱਚ ਕਾਰਾਂ ਦੇ ਸੌਦੇ ਕਰਵਾਉਣ ਦਾ ਕੰਮ ਕਰਦਾ ਹੈ। ਨਾਲ ਦੇ ਕਾਰ ਬਾਜ਼ਾਰ ਵਿੱਚੋਂ ਨਿਕਲ ਕੇ ਇੱਕ ਵਿਅਕਤੀ ਨੇ ਉਸ 'ਤੇ ਫਾਇਰ ਕਰ ਦਿੱਤਾ, ਪਰ ਉਹ ਪਾਸੇ ਹਟ ਗਿਆ ਅਤੇ ਜਾਨ ਮਾਲ ਦਾ ਨੁਕਸਾਨ ਤੋਂ ਬਚਾਅ ਹੋ ਗਿਆ। ਉੱਧਰ ਥਾਣਾ ਇੰਚਾਰਜ ਗੁਰਦੀਪ ਸਿੰਘ ਨੇ ਕਿਹਾ ਕਿ ਉਹ CCTV ਕੈਮਰੇ ਅਤੇ ਆਸੇ ਪਾਸਿਆਂ ਤੋਂ ਪੜਤਾਲ ਕਰ ਰਹੇ ਨੇ, ਜੋ ਵੀ ਗੱਲ ਸਾਹਮਣੇ ਆਈ ਉਸ ਅਨੁਸਾਰ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹਾਂ ਬਾਈ, ਕੀ ਨਾਂ? ਕੀ ਆਪਣਾ? ਮਨਦੀਪ ਸਿੰਘ ਜੀ। ਕੀ ਹੋਇਆ? ਕਿਸੇ ਦੀ ਗੱਲ? ਕੁਛ ਨਹੀਂ ਬਾਈ, ਸਾਡੇ ਸੌਦਾ ਚੱਲੇ ਹੁੰਦੇ ਕਾਰ ਦਾ ਸਾਡਾ ਜੀ, ਗਾਹਕ ਦੋ ਇਹਨਾਂ ਵਾਲੇ ਬੰਨੇ ਬਸ ਨਾਲ ਖੜੇ ਹੀ ਇਕੱਲੇ, ਅਸੀਂ ਆਵਾਜ਼ ਹੀ ਮਾਰੀ ਇਕੱਲਾ, ਇਹਨੇ ਜੀ ਗੱਲਬਾਤ ਹੋਈ ਥੋੜ੍ਹੀ ਜੀ, ਬਾਈ ਨੂੰ ਲਾਂਭਾ ਤਾ ਇਹਨਾਂ ਨੇ, ਬਾਈ ਨੇ ਮੈਨੂੰ ਬੁਲਾਇਆ ਕੋਲੇ, ਇਹਨੇ ਜੀ ਭੜਕ ਗਏ, ਇਹਨਾਂ ਨੇ ਸਿੱਧਾ ਫੈਰ ਮਾਰਿਆ ਮੇਰੇ ਜੀ। ਕਿਹਨੇ ਮਾਰਿਆ? ਲਾਲੀ ਸਿੰਘ ਪਿੰਡ ਮੱਲਣਾ ਜੀ, ਨਾਲ ਰਾਜੂ ਨਾਗਪਾਲਾ ਇਹਦੀ ਸ਼ਹਿਰ 'ਤੇ ਮਾਰਿਆ ਜੀ, ਇਹ ਦੋਵੇਂ ਬੰਦੇ ਸੀ ਜੀ। ਜੇ ਮੈਂ ਮੇਰਾ ਨਾ ਕਾਰਾਂ ਦਾ ਕੰਮ ਹੀ ਇੱਥੇ, ਮੈਂ ਮੇਰੀ ਬਰਾਦਰੀ ਨੂੰ ਮਾੜਾ ਮਾ ਚੰਗਾ ਬੋਲਦੇ ਜੀ। ਤੁਸੀਂ ਕਾਰਾਂ ਦਾ ਕੀ ਕਰਦੇ ਹੋ? ਮੈਂ ਕਾਰਾਂ ਲਿਆ ਕੇ ਅਤੇ ਸੇਲ ਕਰਦਾ ਜੀ। ਸੇਲ ਕਰਦਾ? ਹਾਂਜੀ। ਜਿਨ੍ਹਾਂ ਨਾਲ ਹੋਈ ਆ ਉਹ ਕੌਣ ਹੈ? ਉਹ ਜੱਟ ਸਿੱਖ ਸਿੱਖ ਜੀ। ਉਹਨਾਂ ਦਾ ਕੰਮ ਕੀ? ਉਹਨਾਂ ਦਾ ਵੀ ਕਾਰਾਂ ਦਾ ਕੰਮ ਹੈ ਜੀ। ਕਾਰਾਂ ਦਾ ਕੰਮ? ਸ਼ਹਿ ਵਾਲੀ ਗੱਲ ਤੁਸੀਂ ਕਿਹੜੇ ਆਧਾਰ 'ਤੇ ਕਹਿੰਦੇ ਹੋ? ਸ਼ਹਿ ਵਾਲੀ ਆਧਾਰ ਇਹ ਗੱਲ 'ਤੇ ਕਹਿੰਦੇ ਜੀ, ਪਹਿਲਾਂ ਲਾਲੀ ਇਕੱਲਾ ਬਾਹਰ ਖੜਾ ਸੀ, ਜਦੋਂ ਜੀਗਾ ਉਦੋਂ ਬਾਈ ਨੇ ਲਾਂਭਾ ਤਾ, ਰਾਜੂ ਨੂੰ ਇਹਨੇ ਫੋਨ ਕਰਕੇ ਅੰਦਰੋਂ ਬੁਲਾਇਆ ਜੀ। ਰਾਜੂ ਨਾਗਪਾਲ ਤਾਂ ਦੋਵੇਂ ਬੋਲੀ ਜਾਂਦੇ ਸੀ ਜੀ, ਠੀਕ ਹੈ ਨਾ ਜੀ, ਅਸੀਂ ਰਾਜੂ ਨੂੰ ਇਹ ਗੱਲ ਕਹੀ ਵੀ ਤੇਰੇ ਨਾਲ ਕੋਈ ਗੱਲਬਾਤ ਨਹੀਂ ਗਾ, ਠੀਕ ਆ। ਰਾਜੂ ਤਾਂ ਦੋਵੇਂ ਬੋਲੀ ਗਏ, ਇਹਨੇ ਲਾਲੀ ਨੇ ਕੱਢ ਕੇ ਫੈਰ ਮਾਰਤਾ ਜੀ। ਨਹੀਂ ਭਾਈ, ਕਾਹਦਾ ਫੈਰ ਸੀ? ਕਾਹਦਾ ਫੈਰ? ਰਿਵਾਲਵਰ ਦਾ ਸੀ ਜੀ। ਰਿਵਾਲਵਰ ਸੀ? ਹਾਂਜੀ। ਬੱਚਿਆ ਕਿਸੇ ਨੇ? ਨਹੀਂ, ਨੁਕਸਾਨ ਬਚ ਗਿਆ ਸਾਡਾ ਜੀ। ਨੁਕਸਾਨ ਸਿੱਧਾ? ਸਿੱਧਾ ਨਾਣਾ ਜੀ, ਸਿੱਧਾ ਦੂਰੋਂ ਮਾਰਿਆ ਮੇਰੇ ਜੀ, ਪਰ ਮੈਂ ਪਾਸੇ ਹੋ ਗਿਆ ਜੀ। ਕਿਸੇ ਚੀਜ਼ ਜੱਟ ਨਹੀਂ ਬਚਿਆ? ਹਾਂ ਨਾ ਜੀ, ਕਿਸੇ ਮੈਂ ਸਾਹਮਣੇ ਖੜਾ ਸੀ ਜੀ, ਠੀਕ ਆ, ਮੈਂ ਭੱਜ ਕੇ ਪਾਸੇ ਹੋ ਗਿਆ, ਇੰਨੇ ਬਚਾਅ ਹੋ ਗਏ ਤਾਂ ਕਿਸੇ ਦੇ ਵੀ ਵੱਜ ਸਕਦਾ ਸੀ ਜੀ। ਹੈਗਾ ਲਾਇਸੈਂਸ ਯਾਰ? ਹਾਂ, ਲਾਇਸੈਂਸ ਹੀ ਆ ਜੀ। ਉਹਦੇ ਬੰਦਾ ਫਰਾਰ ਹੋ ਗਿਆ? ਬੰਦਾ ਫਰਾਰ ਹੋ ਗਿਆ ਜੀ ਇੱਥੋਂ ਹੀ। ਪਹਿਲਾਂ ਵੀ ਸਾਡੇ ਇੱਕ ਦੋ ਵਾਰੀ ਹੋਇਆ ਜੀ, ਉਦੋਂ ਆਪਾਂ ਕੁਛ ਨਹੀਂ ਬੋਲੋ, ਵੀ ਸਾਡੀ ਜਾਤੀ ਉਹਦੇ ਬੋਲਦਾ ਸੀ, ਚੁੱਪ ਕਰਕੇ ਬਹਿੰਦੇ ਜੀ, ਠੀਕ ਹੈ ਵੀ ਚੱਲ ਛੱਡੋ ਪਰੇ, ਅਸੀਂ ਮਾਰ ਕਿਹੜੀ ਜਾਣਾ ਕੰਮ ਕਰਨਾ। ਹਾਂ, ਪੁਲਿਸ 'ਤੇ ਬਿਆਨ ਦੇ ਦੇ ਜੀ, ਉਹ ਕਹਿੰਦੇ ਬੰਦ ਦੀ ਕਾਰਵਾਈ ਕਰ ਦਾਂਗੇ ਦੁਬਾਰਾ ਲਿਖਾਉਣ ਚੱਲੇ। ਸਾਨੂੰ ਇੱਕ ਫੋਨ 'ਤੇ ਮੈਸੇਜ ਮਹਿਸੂਸ ਹੋਇਆ ਸੀ ਕਿ ਇੱਥੇ ਦਾਣਾ ਮੰਡੀ ਕਾਰ ਬਾਜ਼ਾਰ ਦੇ ਵਿੱਚ ਫਾਇਰ ਹੋਇਆ। ਮੈਂ ਮੌਕੇ 'ਤੇ ਪਹੁੰਚਿਆ, ਜਾ ਕੇ ਮੈਂ ਵਿਜ਼ਿਟ ਕੀਤਾ, ਮੈਂ CCTV ਫੁਟੇਜ ਚੈੱਕ ਕਰ ਰਿਹਾ। ਫਿਲਹਾਲ ਅਸੀਂ ਨਾ ਤਾਂ ਸਾਨੂੰ ਮੌਕੇ 'ਤੇ ਕੋਈ ਖੋਲ ਵਗੈਰਾ ਨਹੀਂ ਮਿਲਿਆ, ਫੋਟੋ ਚੈੱਕ ਕਰਕੇ ਜੋ ਅਸੀਂ ਚੈੱਕ ਕਰਦੇ ਹਾਂ, ਜੇ ਕੋਈ ਫਾਇਰ ਹੋਇਆ ਤਾਂ ਜਿਹੜੀ ਬੰਦੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਨਹੀਂ, ਫਿਲਹਾਲ ਤਾਂ ਜਿਹੜੇ ਇੱਕ ਕੈਮਰੇ ਦੀ ਮੈਂ ਫੋਟੋ ਚੈੱਕ ਕੀਤੇ ਆ, ਉਹਦੇ ਵਿੱਚ ਉਹ ਬੰਦਾ ਤਾਂ ਜ਼ਰੂਰ ਦਿਖਦਾ, ਪਰ ਉਹਦੇ ਵਿੱਚ ਫਾਇਰ ਹੁੰਦਾ ਕਲੀਅਰ ਨਹੀਂ ਹੁੰਦਾ। ਪਰ ਅਸੀਂ ਦੂਸਰੇ ਕੈਮਰੇ ਵੀ, ਬਾਕੀ ਹੋਰ ਕੈਮਰੇ ਵੀ ਚੈੱਕ ਕਰ ਰਹੇ ਹਾਂ, ਫੋਟੋ ਕਲੀਅਰ ਹੋਣ ਤੋਂ ਬਾਅਦ ਜੋ ਵੀ ਬੰਦੀ ਕਾਰਵਾਈ, ਅਸੀਂ ਬੰਦੇ ਦੀ ਸਟੇਟਮੈਂਟ ਲਿਖ ਕੇ ਰਿਕਾਰਡਿੰਗ ਕਰਕੇ ਜੋ ਬੰਦਾ ਕਾਰਵਾਈ ਕਰ ਦਾਂਗੇ। ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ।